ਤਾਂ ਇਸ ਵੇਲੇ ਦੀ ਵੱਡੀ ਖਬਰ ਸੰਗਰੂਰ ਦੇ ਲਹਿਰਾ ਗਾਗਾ ਤੋਂ ਸਾਹਮਣੇ ਆ ਰਹੀਆਂ ਨੇ, ਜਿੱਥੇ ਗਊਸ਼ਾਲਾ ਦੇ ਵਿੱਚ 21 ਗਊਆਂ ਦੀ ਅਚਾਨਕ ਮੌਤ ਹੋ ਜਾਂਦੀ ਹੈ। ਭੇਤ ਭਰੇ ਹਾਲਾਤਾਂ ਦੇ ਵਿੱਚ 21 ਗਊਆਂ ਦੀ ਮੌਤ ਕਰਕੇ ਇਲਾਕੇ ਦੇ ਵਿੱਚ ਸਨਸਨੀ ਫੈਲ ਗਈ ਹੈ, ਕਿਉਂਕਿ ਇਸ ਗਊਸ਼ਾਲਾ ਦੇ ਵਿੱਚ ਤਕਰੀਬਨ 2000 ਗਾਵਾਂ ਨੇ ਜਿਨ੍ਹਾਂ ਦੇ ਵਿੱਚੋਂ 21 ਗਊਆਂ ਦੀ ਮੌਤ ਹੋ ਗਈ। ਇਹ ਜੇਕਰ ਉਹਨਾਂ ਦੀ ਮੌਤ ਦਾ ਕਾਰਨ ਛੇਤੀ ਨਾ ਪਤਾ ਲੱਗ ਸਕਿਆ ਤਾਂ ਹੋਰ ਗਊਆਂ ਦੀ ਵੀ ਜਾਨ ਨੂੰ ਖਤਰਾ ਹੋ ਸਕਦਾ ਹੈ। ਪ੍ਰਸ਼ਾਸਨ ਅਤੇ ਡਾਕਟਰ ਦੀਆਂ ਟੀਮਾਂ ਦਾ ਗਠਨ ਕੀਤਾ ਗਿਆ ਹੈ ਜੋ ਕਿ ਜਾਂਚ ਦੇ ਵਿੱਚ ਜੁਟੀਆਂ ਨੇ। ਗਊਸ਼ਾਲਾ ਦੇ ਵਿੱਚ 2000 ਦੇ ਕਰੀਬ ਗਾਵਾਂ ਨੇ, ਤੁਹਾਨੂੰ ਪਹਿਲਾਂ ਵੀ ਦੱਸਿਆ, ਬੀਤੀ ਸ਼ਾਮ ਤੋਂ ਇਹ 21 ਗਾਵਾਂ ਬਿਮਾਰ ਹੋਣ ਲੱਗ ਗਈਆਂ ਸੀ। ਮ੍ਰਿਤਕ ਗਊਆਂ ਦਾ ਹੁਣ ਪੋਸਟਮਾਰਟਮ ਕਰਵਾਇਆ ਗਿਆ ਹੈ, ਜਾਂਚ ਹੋ ਰਹੀ ਹੈ, ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਆਖਿਰਕਾਰ ਗਾਵਾਂ ਬਿਮਾਰ ਕਿਵੇਂ ਹੋਈਆਂ, ਕੀ ਗਊਆਂ ਨੂੰ ਦੇਣ ਵਾਲੀ ਜਿਹੜੀ ਫੀਡ ਹੈ ਉਸਦੇ ਵਿੱਚ ਕੋਈ ਮਿਲਾਵਟ ਕੀਤੀ ਗਈ ਸੀ ਜਾਂ ਫਿਰ ਕਾਰਨ ਕੋਈ ਹੋਰ ਹੈ। ਉਸ ਚੀਜ਼ ਸਾਰੀ ਚੀਜ਼ ਦੀ ਜਾਂਚ ਕੀਤੀ ਜਾ ਰਹੀ ਹੈ। ਤਾਂ ਵੱਡੀ ਖਬਰ ਹੈ ਸੰਗਰੂਰ ਦੇ ਲਹਿਰਾ ਗਾਗਾ ਦੀ ਗਊਸ਼ਾਲਾ ਦੇ ਵਿੱਚ ਭੇਤ ਭਰੇ ਹਾਲਾਤਾਂ 'ਚ 21 ਗਊਆਂ ਦੀ ਮੌਤ ਹੋ ਗਈ, ਜਿਸ ਤੋਂ ਬਾਅਦ ਤੁਰੰਤ ਹਰਕਤ ਦੇ ਵਿੱਚ ਪ੍ਰਸ਼ਾਸਨ ਅਤੇ ਡਾਕਟਰ ਆ ਗਏ ਨੇ, ਟੀਮਾਂ ਦਾ ਗਠਨ ਕਰ ਦਿੱਤਾ ਗਿਆ ਹੈ, ਮੌਤ ਦੇ ਕਾਰਨਾਂ ਦੀ ਜਾਂਚ ਦਾ ਪਤਾ ਲਗਾਇਆ ਜਾ ਰਿਹਾ ਹੈ ਅਤੇ ਗਊਆਂ ਦੀ ਦਿੱਤੀ ਜਾਣ ਵਾਲੀ ਫੀਡ ਦੀ ਵੀ ਹੁਣ ਜਾਂਚ ਕੀਤੀ ਜਾਵੇਗੀ। ਸੈਂਪਲ ਇਕੱਠੇ ਕਰ ਲਏ ਗਏ ਨੇ। ਇਸ ਗਊਸ਼ਾਲਾ ਦੇ ਵਿੱਚ 2000 ਦੇ ਕਰੀਬ ਗਾਵਾਂ ਨੇ, ਗਊਆਂ ਬੀਤੀ ਸ਼ਾਮ ਤੋਂ ਬਿਮਾਰ ਹੋਣ ਲੱਗ ਗਈਆਂ ਸੀ, ਜਿਨ੍ਹਾਂ ਦੀ ਬਾਅਦ ਦੇ ਵਿੱਚ ਹੁਣ ਮੌਤ ਹੋ ਗਈ ਹੈ। ਤਾਂ ਵੱਡੀ ਖਬਰ ਹੈ ਇਸ ਵੇਲੇ ਦੀ, ਵੱਡੀ ਖਬਰ ਹੈ 21 ਗਊਆਂ ਦੀ ਮੌਤ ਹੋ ਗਈ ਅਤੇ ਹੁਣ ਇਹਨਾਂ ਗਊਆਂ ਦੇ ਲਾਸ਼ਾਂ ਦਾ ਪੋਸਟਮਾਰਟਮ ਕੀਤਾ ਜਾਵੇਗਾ ਅਤੇ ਮੌਤ ਦਾ ਕਾਰਨ ਜਲਦ ਸਾਹਮਣੇ ਹੋਵੇਗਾ। ਉਹਨਾਂ ਚਿਰ ਮੌਕੇ ਤੇ ਪਹੁੰਚੇ ਲੋਕਾਂ ਦਾ ਕੀ ਕਹਿਣਾ, ਅਧਿਕਾਰੀਆਂ ਦਾ ਕੀ ਕਹਿਣਾ, ਜਾਣਦੇ ਹਾਂ। ਬਹੁਤ ਹੀ ਦੁੱਖ ਦੀ ਗੱਲ, ਰਾਤ ਜਦੋਂ ਮੈਂ 6:30 ਵਜੇ ਆਇਆ ਇੱਥੇ, ਮਨ ਬਹੁਤ ਦੁਖੀ ਹੋਇਆ, ਇੰਨਾ ਦੁਖੀ ਹੋਇਆ ਮਨ, 3-4 ਗਊਆਂ ਤੜਫ ਰਹੀਆਂ ਸੀਗੀਆਂ। ਡਾਕਟਰ ਇੱਥੇ ਤਕਰੀਬਨ ਡਾਕਟਰ ਹੀ ਬਹੁਤ ਆਏ ਹੋਏ ਸੀਗੇ, ਮਤਲਬ ਤਕਰੀਬਨ ਸਾਡੇ ਜਿਹੜੇ ਡਾਕਟਰ ਲਗਾਤਾਰ ਜਿਹੜੀ ਸੇਵਾ ਕਰਦੇ ਨੇ ਉਹ ਸਾਰੇ ਹੀ ਇੱਥੇ, ਸਾਡੇ ਕੱਪ ਸੰਜੇ, ਸਾਡੇ ਕ੍ਰਿਸ਼ਨ ਜੀ, ਜਿੰਨੇ ਵੀ ਇੱਥੇ ਸੇਵਾਦਾਰ ਸੀ, ਰਾਤ ਮਿਲਾ ਤਕਰੀਬਨ ਸਾਰੇ ਸੀਗੇ। ਅਤੇ 7:30-8 ਵਜੇ ਤੱਕ ਮੈਂ ਵੀ ਇੱਥੇ ਰਿਹਾ, ਉਸ ਤੋਂ ਬਾਅਦ ਮੈਥੋਂ ਦੇਖਿਆ ਨਹੀਂ ਗਿਆ। ਇਹਨਾਂ ਨੂੰ ਮੈਂ ਬਹਾਨਾ ਜ਼ਰੂਰ ਲਾਈ ਗਿਆ ਮੈਂ ਆਉਂਦਾ ਨਹੀਂ ਆਉਂਦਾ, ਕਿ ਮੈਥੋਂ ਦੇਖਿਆ ਨਹੀਂ ਗਿਆ, ਮੈਂ ਰੋਣ ਲੱਗ ਗਿਆ ਦੀਆ। ਤੁਹਾਨੂੰ ਸਹੀ ਦੱਸਾਂ, ਬੜਾ ਮਨ ਖਰਾਬ ਹੋਇਆ ਵੀ ਇੱਕ ਪਤਾ ਨਹੀਂ ਕੋਈ ਚੀਜ਼ ਖਾ ਗਈਆਂ ਇਹ ਬੇਜਵਾਨ ਨੇ ਗਊਆਂ, ਬੇਜਵਾਨ ਹੋਣ ਕਰਕੇ ਜਿਹਦੇ ਕੁਛ ਜਾਣਦੀ ਹੁਣ ਵਿਚਾਰੀਆਂ ਕੀ ਹੈ, ਹੁਣ ਇਹ ਨਹੀਂ ਪਤਾ ਵੀ ਕੋਈ ਪਾ ਕੇ ਗਿਆ ਜਾਂ ਕੋਈ ਇੱਕ ਤੂੜੀ ਦੇ ਵਿੱਚ ਆ ਗਿਆ ਜਾਂ ਕੁਛ ਹੋਇਆ, ਇਹ ਰੱਬ ਉੱਪਰਲਾ ਜਾਣਦਾ। ਕਿੰਨੀਆਂ ਕੁ ਗਊਆਂ ਜਿਹੜੀਆਂ? ਇਹ 21 ਗਊਆਂ ਨੇ ਜੀ ਤਕਰੀਬਨ ਇਹ ਜਿਹੜੀਆਂ ਦੀ ਡੈਥ ਹੋਈ ਹੈ। ਫਿਰ ਹੁਣ ਕਿਸ ਤਰ੍ਹਾਂ ਦੇ ਪ੍ਰਬੰਧ ਕੀਤੇ ਗਏ? ਪ੍ਰਬੰਧ ਜੀ ਦੇਖੋ, ਪਹਿਲਾਂ ਵੀ ਪ੍ਰਬੰਧ ਪੂਰੇ ਨੇ, ਪ੍ਰਬੰਧ ਦੀ ਕੋਈ ਕਮੀ ਨਹੀਂ ਕਿਸੇ ਪਾਸੋਂ। ਹੁਣ ਅਸੀਂ ਇੱਕ ਹੋਰ ਕਹਾਂਗੇ ਵੀ ਜਿਹੜਾ ਪਰਲੇ ਪਾਸੇ 2 ਕੈਮਰੇ ਐਕਸਟਰਾ ਹੋਰ ਲਵਾਵਾਂਗੇ, ਪਹਿਲਾਂ 8 ਕੈਮਰੇ ਇੱਥੇ ਚੱਲਦੇ ਨੇ, 2 ਕੈਮਰੇ ਐਕਸਟਰਾ ਹੋਰ ਲਵਾ ਦਿੰਦੇ ਹਾਂ ਅਤੇ ਬਕਾਇਦਾ ਉੱਥੇ ਇੱਕ ਬੰਦਾ ਬਿਠਾਵਾਂਗੇ। ਉਹ ਚੀਜ਼ ਪਹਿਲਾਂ ਦੇਖਿਆ ਕਰੂ ਵੀ ਗਊ ਨੂੰ ਪੈਣ ਵਾਲੀ ਹੈ ਇਹ, ਵੀ ਪਹਿਲਾਂ ਦੇਖ ਕੇ ਫਿਰ ਪਵਾਇਆ ਕਰਾਂਗੇ। ਸਫਾਈ ਦਾ ਕਿਸ ਤਰ੍ਹਾਂ ਕੀਤਾ? ਸਫਾਈ ਦਾ ਬਹੁਤ ਵਧੀਆ ਜੀ, ਸਵੇਰੇ ਸੇਵਾਦਾਰ ਆਉਂਦੇ ਨੇ ਉਹ ਵੀ ਸਫਾਈ ਕਰਦੇ ਨੇ। ਪਾਸੇ ਤੋਂ ਬਾਅਦ ਕਿਸ ਤਰ੍ਹਾਂ ਦੇ ਪ੍ਰਬੰਧ ਕੀਤੇ ਆ? ਸਫਾਈ ਕੀਤੀ ਗਈ ਹੈ ਜਾਂ ਮਤਲਬ ਜਿਹੜੀ ਫੀਡ ਸੀ ਉਹਨੂੰ ਬੰਦ ਕੀਤਾ ਗਿਆ ਜਾਂ? ਫੀਡ ਰਾਤ ਦੀ ਹੀ ਬੰਦ ਕਰਤੀ ਸੀ, ਜੋ ਡਾਕਟਰ ਸੰਗਰੂਰ ਵੱਲ ਹੋਈ ਹੈ ਡਿਪਟੀ ਡਾਕਟਰ ਨਾਲ, ਉਹਨਾਂ ਨੇ ਫੀਡ ਨਾਲ ਦਿਆਂ ਬੰਦ ਕਰਾਤੀ ਸੀ ਵੀ ਜਦੋਂ ਤੱਕ ਅਸੀਂ ਨਹੀਂ ਆਉਂਦੇ ਕੱਲ੍ਹ ਸੁਬਹਾ ਤੱਕ ਤਾਂ ਕੋਈ ਫੀਡ ਨਹੀਂ ਪਾਉਣੀ ਹੈਗੀ ਉਸ ਟਾਈਮ। ਹੁਣ ਤੂੜੀ ਪੈਣ ਲੱਗੀ ਉਹਨਾਂ ਦੇ ਆਉਣ ਤੋਂ ਬਾਅਦ, ਦੇਖੋ ਵਿਚਾਰੀਆਂ ਭੁੱਖੀਆਂ ਨੇ, ਰਾਤ ਦੇ ਇਹਨਾਂ ਨੇ ਕੁਛ ਨਹੀਂ ਖਾਧਾ ਹੈਗਾ, ਠੰਡ ਵੀ ਹੈ,
ਵੀ ਕਿਹਾ ਵੀ ਪਹਿਲਾਂ ਇਹ ਪਾਉਣਾ ਪਊਗਾ ਜੀ, ਤੁਸੀਂ ਜਲਦੀ ਆਓ। ਉਹ ਆਏ ਨੇ, ਹੁਣ ਸਭ ਕੁਛ ਹੋ ਗਿਆ, ਸਹੀ ਸਫਾਈ ਦਾ ਕੋਈ ਦਿੱਕਤ ਨਹੀਂ, ਇੰਨਾ ਸਹਿਯੋਗ ਸ਼ਹਿਰ ਨਿਵਾਸੀਆਂ। ਰਾਤ ਦੇਖੋ 50-60 ਬੰਦੇ ਨਾਲ ਦੇ ਕੋਈ ਸੇਵਾਦਾਰ ਆਏ। ਕਿਸ ਤਰ੍ਹਾਂ ਦੇ ਜਿਹੜੇ ਡਾਕਟਰਾਂ ਵੱਲੋਂ ਟੀਮ ਬੁਲਾਈ ਗਈ ਆ, ਉਹ ਕੀ ਕੀਤਾ ਜਾ ਰਿਹਾ ਉਹਨਾਂ ਵੱਲੋਂ? ਉਹਨਾਂ ਵੱਲੋਂ ਪੋਸਟਮਾਰਟਮ ਕੀਤਾ, ਸੈਂਪਲ ਲਿੱਤਾ ਜਾ ਰਿਹਾ, ਪੋਸਟਮਾਰਟਮ ਹੋਏਗਾ। ਉਹ ਕਹਿ ਰਹੇ ਵੀ ਜਲੰਧਰ ਭੇਜਾਂਗੇ, ਜਲੰਧਰ ਤੋਂ ਪਾਸ ਹੋ 2-3 ਦਿਨ ਲੱਗਣਗੇ, ਫਿਰ ਕੁਛ ਆਪਾਂ ਨੂੰ ਕਲੀਅਰ ਲੱਗੂਗਾ। ਦੇਖੋ ਇਸ ਤਰ੍ਹਾਂ ਜੀ, ਇੱਕ ਅਨਫੋਰਚੁਨੇਟ ਸਡਨਲੀ ਰਾਤ ਵੇਲੇ ਇੰਸੀਡੈਂਟ ਹੋਇਆ, ਅਤੇ ਉਹਦੇ 'ਚ ਜਿਹੜਾ ਇਮੀਡੀਏਟਲੀ ਮੌਕੇ 'ਤੇ ਜਿਹੜੀ ਸਾਡੀ ਪੁਲਿਸ ਹੈ ਅਤੇ ਸਾਡੇ ਪ੍ਰਸ਼ਾਸਨ ਦੀਆਂ ਟੀਮਾਂ ਅਤੇ ਸਾਡੇ ਜਿਹੜੇ ਡਿਪਟੀ ਡਾਇਰੈਕਟਰ ਐਨੀਮਲ ਹਸਬੈਂਡਰੀ ਹੈਗੇ ਆ, ਉਹਨਾਂ ਦੀਆਂ ਟੀਮਸ ਆ ਗਈਆਂ ਸੀਗੀਆਂ, ਅਤੇ ਉਹਨਾਂ ਨੇ ਉਹ ਐਸਰਟੇਨ ਕਰ ਰਹੇ ਨੇ ਜੀ ਕੌਜ਼ ਆਫ ਡੈਥ ਕੀ ਹੈ, ਕਿਸ ਕਾਰਨ ਕਰਕੇ ਹੋਇਆ, ਕਿਉਂ ਇਹ ਵਾਪਰਿਆ, ਅਤੇ ਪੋਸਟਮਾਰਟਮ ਕੰਡਕਟ ਕਰ ਰਹੇ ਨੇ, ਅਤੇ ਬਾਕੀ ਵੀ ਜੋ ਜਿਹੜੀ ਨੋਰਮ ਦੇ ਅਨੁਸਾਰ ਜਾਂਚ ਬਣਦੀ ਹੈ ਉਹ ਜਿਹੜੇ ਡਿਪਟੀ ਡਾਇਰੈਕਟਰ ਐਨੀਮਲ ਹਸਬੈਂਡਰੀ ਆਪਣੀ ਸੁਪਰਵਿਜ਼ਨ 'ਚ ਕਰਵਾ ਰਹੇ ਨੇ ਜੀ, ਅਤੇ ਜੋ ਵੀ ਉਹਦਾ ਹੋਇਆ ਉਹ ਕਰੈਕਟਿਵ ਮੇਜਰ ਇਹਨਾਂ ਨੂੰ ਲਏ ਜਾਣਗੇ। ਅਗਰ ਕਿਸੇ ਦੀ ਕੋਈ ਇਹਦੇ 'ਚ ਅਣਗਹਿਲੀ ਪਾਈ ਗਈ ਜਾਂ ਕਿਸੇ ਦਾ ਕੋਈ ਇਸ ਤਰ੍ਹਾਂ ਦਾ ਕੋਈ ਗਲਤੀ ਪਾਈ ਗਈ ਤਾਂ ਉਹਦੇ ਖਿਲਾਫ ਉਵੇਂ ਕਾਰਵਾਈ ਬਣਦੀ, ਕਾਰਵਾਈ ਸਖਤ ਕਾਰਵਾਈ ਕੀਤੀ ਉਹ ਕਰ ਰਹੇ ਨੇ ਜੀ। ਅਰਾਊਂਡ 20 ਉਹ ਹੈਗਾ, ਅਤੇ ਬਟ ਉਹਨਾਂ ਦਾ ਸਾਰਾ ਵਿਧੀ ਵਿਧਾਨ ਦੇ ਨਾਲ ਨਹੀਂ ਇਸ ਤਰ੍ਹਾਂ ਜੀ, ਉਹ ਜਾਂਚ ਤੋਂ ਬਾਅਦ ਹੀ ਪਤਾ ਲੱਗੂਗਾ, ਅਤੇ ਜਿਹੜੀ ਆਪਣਾ ਪਸ਼ੂ ਪਾਲਣ ਵਿਭਾਗ ਦੇ ਜਿਹੜੇ ਅਧਿਕਾਰੀ ਨੇ ਉਹ ਕਰ ਰਹੇ ਨੇ ਜੀ, ਅਤੇ ਉਸ ਤੋਂ ਬਾਅਦ ਪਤਾ ਲੱਗੂਗਾ। ਹਾਂਜੀ ਹਾਂਜੀ, ਪੂਰੇ ਵਿਧੀ ਵਿਧਾਨ ਦੇ ਨਾਲ ਉਹਨਾਂ ਨੂੰ ਇੱਥੇ ਦਫਨਾ ਕੇ। ਦੇਖੋ ਬਹੁਤ ਹੀ ਮਾੜੀ ਗੱਲ ਹੋਈ ਹੈ, 20 ਦੇ ਕਰੀਬ ਗਊਆਂ ਜਿਹੜੀਆਂ ਉਹ ਮਰ ਗਈਆਂ ਨੇ। ਕੱਲ੍ਹ ਸ਼ਾਮ ਨੂੰ ਇਹ ਘਟਨਾ ਵਾਪਰੀ, ਸ਼ਾਮ ਨੂੰ ਕਰੀਬ 8 ਵਜੇ 2-3 ਗਊਆਂ ਅਫੈਕਟਡ ਸੀ। ਦੇਖਦੇ ਦੇਖਦੇ ਤਾਂ 20 ਦੇ ਕਰੀਬ ਗਊਆਂ ਜਿਹੜੀਆਂ ਤੜਫ ਤੜਫ ਕੇ ਉਹਨਾਂ ਨੇ ਜਾਨ ਦੇ ਦਿੱਤੀ, ਪਰ ਉਸੇ ਸਮੇਂ ਸਾਰੇ ਗਊ ਭਗਤ, ਸਾਰੀ ਡਾਕਟਰਾਂ ਦੀ ਟੀਮ, ਜਿਹੜੇ ਕੋਈ ਪ੍ਰਾਈਵੇਟ ਕੰਮ ਕਰਦੇ ਨੇ ਉਹ ਡਾਕਟਰ ਵੀ, ਸਾਰੇ ਸਰਕਾਰੀ ਡਾਕਟਰ ਵੀ, ਜਿੰਨੇ ਵੀ ਇਸ ਕੰਮ ਦੇ ਵਿੱਚ ਸਹਾਈ ਹੋ ਸਕਦੇ ਸੀ ਉਹ ਸਾਰੇ ਇੱਥੇ ਪਹੁੰਚ ਗਏ ਤੇ ਸਾਰਾ ਪ੍ਰਸ਼ਾਸਨ ਵੀ ਇੱਥੇ ਦੀ। ਸੋ ਉਹਨਾਂ ਗਊਆਂ ਦਾ ਟ੍ਰੀਟਮੈਂਟ ਵੀ ਕੀਤਾ ਗਿਆ ਪਰ ਉਹ ਬਚ ਨਹੀਂ ਸਕੇ। ਸੋ ਇਹ ਬਹੁਤ ਦੁੱਖ ਵਾਲੀ ਗੱਲ ਹੋਈ ਹੈ, ਅੱਜ ਸੰਗਰਾਂਦ ਹੈ, ਬਹੁਤ ਦੁੱਖ ਹੈ ਇਸ ਚੀਜ਼ ਦਾ, ਸਾਰੇ ਸ਼ਹਿਰ ਦੇ ਵਿੱਚ ਇਸ ਚੀਜ਼ ਦਾ ਬਹੁਤ ਵੱਡਾ ਸੋਗ ਹੈ। ਬਾਕੀ ਰਾਤ ਤੋਂ ਹੀ ਸਾਰੇ ਗਊਸ਼ਾਲਾ ਪ੍ਰਬੰਧਕ ਕਮੇਟੀ ਅਤੇ ਸਾਰੇ ਗਊ ਭਗਤ ਡਾਕਟਰ, ਜਿੰਨੀਆਂ ਵੀ ਗਊਆਂ ਇੱਥੇ, ਕਰੀਬ 2000 ਦੇ ਕਰੀਬ ਗਊ ਇੱਥੇ ਹੈਗੀ ਹੈ, ਸਾਰੀਆਂ ਗਊਆਂ ਦੀ ਦੇਖਭਾਲ ਦੇ ਵਿੱਚ ਲੱਗੇ ਹੋਏ ਹੈ, ਅਤੇ ਬਾਕੀ ਸਾਰੀਆਂ ਗਊਆਂ ਠੀਕ ਠਾਕ ਨੇ, ਪੂਰੀ ਨਜ਼ਰ ਰੱਖੀ ਜਾ ਰਹੀ ਹੈ। ਸੋ ਇਹ ਕਿਸ ਤਰ੍ਹਾਂ ਹੋਇਆ, ਕਿਵੇਂ ਹੋਇਆ, ਇਹ ਸਾਰੇ ਹੁਣ ਗਊਆਂ ਦਾ ਪੋਸਟਮਾਰਟਮ ਵੀ ਹੋਣਾ, ਸਾਰੀ ਟੀਮਾਂ ਇੱਥੇ ਪਹੁੰਚ ਗਈਆਂ ਨੇ ਅਤੇ ਇਹ ਅਸੀਂ ਦੇਖ ਰਹੇ ਹਾਂ। ਬਾਕੀ ਸਾਰਾ ਜਿਹੜਾ ਇੱਕ ਪਾਸੇ ਦੀਆਂ ਗਊਆਂ ਅਫੈਕਟਡ ਹੋਈਆਂ ਨੇ, ਉਹਨਾਂ ਦੇ ਕੀ ਗੱਲ ਹੋਈ ਹੈ ਸਾਰਾ ਜਾਂਚ ਤੋਂ ਬਾਅਦ ਜਿਹੜਾ ਪਤਾ ਨੂੰ ਰੋਕ ਦਿੱਤਾ ਗਿਆ, ਜਿਹੜੀ ਫੀਡ ਇਹਨਾਂ ਨੂੰ ਦਿੱਤੀ ਜਾਂਦੀ ਹੈ ਰਾਤ ਤੋਂ ਹੀ, ਇਹਨਾਂ ਦਾ ਜਿਵੇਂ ਡਾਕਟਰਾਂ ਦੀ ਐਡਵਾਈਸ ਦੇ ਮੁਤਾਬਕ ਸਾਰਾ ਜਿਹੜਾ ਫੀਡ ਦਾ ਕੰਮ ਹੈ ਰੋਕ ਦਿੱਤਾ ਗਿਆ। ਉਹ ਸਾਰਾ ਹੁਣ ਪਹਿਲਾਂ ਟੈਸਟ ਹੋਏਗਾ,
ਵੀ ਕਿੱਥੇ ਕੋਈ ਕਮੀ ਰਹੀ ਹੈ ਜਾਂ ਕੀ ਕਾਰਨ ਹੋਇਆ। ਸੋ ਇਹ ਸਾਰਾ ਦੇਖ ਕੇ ਫਿਰ ਗਊਆਂ ਨੂੰ ਜਿਹੜੀ ਉਹ ਫੀਡ ਵੀ ਦਿੱਤੀ ਜਾਊਗੀ। ਅਤੇ ਗਊਸ਼ਾਲਾ ਦੇ ਪ੍ਰਬੰਧਕ ਬਹੁਤ ਵਧੀਆ ਕੰਮ ਕਰ ਰਹੇ ਨੇ, ਪਰ ਗਊਆਂ 2000 ਗਊ ਹੈ ਇੱਥੇ, ਅਤੇ 2000 ਗਊ ਦੇ ਸਾਰੇ ਖਾਣ ਪੀਣ ਦਾ ਪ੍ਰਬੰਧ ਕਰਨਾ ਇਹ ਵੀ ਇੱਕ ਵੱਡਾ ਵਿਸ਼ਾ ਬਣਿਆ ਹੋਇਆ ਹੈ। ਅਤੇ ਸਰਕਾਰ ਵੱਲੋਂ ਵੀ ਸਮੇਂ ਸਮੇਂ 'ਤੇ ਮਦਦ ਕੀਤੀ ਜਾਂਦੀ ਹੈ। ਜੋ ਗਊ ਸੈੱਸ ਹੈ ਉਹ ਲਹਿਰੇ ਦਾ ਜਿੰਨਾ ਵੀ ਗਊ ਸੈੱਸ ਇਕੱਠਾ ਹੁੰਦਾ ਅਸੀਂ ਗਊਸ਼ਾਲਾ ਨੂੰ ਉਹ ਦਿੰਦੇ ਹਾਂ। ਅਤੇ ਇਹ ਸਾਰੇ ਹੁਣ ਫਿਰ ਵੀ ਆਪਣੀ ਹਿੰਮਤ ਦੇ ਨਾਲ ਮਿਹਨਤ ਕਰਕੇ ਆਪਣੀ ਹਿੰਮਤ ਅਤੇ ਮਿਹਨਤ ਦੇ ਨਾਲ ਲੋਕਾਂ ਤੋਂ ਮੰਗ ਕੇ ਸਾਰਾ ਗਊਸ਼ਾਲਾ ਦਾ ਜਿਹੜਾ ਪ੍ਰਬੰਧ ਹੈ ਇਹ ਚਲਾ ਰਹੇ ਨੇ।